ਸਿੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦਾ ਲੋਹਾ ਕੁੱਲ ਦੁਨੀਆ ਮੰਨਦੀ ਹੈ। ਵਿਨਸਿੰਟਨ ਚਰਚਿਲ ਅਤੇ ਇਬਰਾਹਿਮ ਲਿੰਕਨ ਵਰਗੀਆਂ ਹਸਤੀਆਂ ਨੂੰ ਪਛਾੜ ਮਹਾਰਾਜਾ ਰਣਜੀਤ ਸਿੰਘ ਕੁੱਲ ਵਕਤ ਦੇ ਮਹਾਨਤਮ ਆਗੂ ਐਲਾਨੇ ਗਏ ਨੇ। ਬੀਬੀਸੀ ਵਰਲਡ ਹਿਸਟਰੀ ਮੈਗਜ਼ੀਨ ਵੱਲੋਂ ਕਰਵਾਏ ਇੱਕ ਪੋਲ ਦੌਰਾਨ ਮੈਗਜ਼ੀਨ ਦੇ 5000 ਤੋਂ ਵੱਧ ਪਾਠਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਤਿਹਾਸ ਦੇ ਮਹਾਨ ਆਗੂਆਂ ਵਿੱਚੋਂ ਹੋਰ ਆਗੂਆਂ ਦੇ ਮੁਕਾਬਲੇ 38% ਵੱਧ ਵੋਟ ਦੇ ਕੇ ਮਹਾਨ ਆਗੂ ਚੁਣਿਆ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਅਲਬਾਮਾ ਯੂਨੀਵਰਸਿਟੀ ਦੇ ਅਸਿਸਟੈਂਟ ਪ੍ਰੋਫੈਸਰ ਇਤਿਹਾਸਕਾਰ ਮੈਥਿਊ ਲੋਕਵਿਡ ਵੱਲੋਂ ਨਾਮੀਨੇਟ ਕੀਤਾ ਗਿਆ ਸੀ। ਕੁਝ ਵੱਡੇ ਇਤਿਹਾਸਕਾਰਾਂ ਵੱਲੋਂ ਨਾਮ ਨੋਮੀਨੇਟ ਕਰਨ ਤੋਂ ਬਾਅਦ ਬੀਬੀਸੀ ਵਰਲਡ ਹਿਸਟਰੀ ਮੈਗਜ਼ੀਨ ਵੱਲੋਂ ਆਪਣੇ ਪਾਠਕਾਂ ਤੋਂ ਇਹ ਰਾਏ ਮੰਗੀ ਗਈ ਅਤੇ ਇਤਿਹਾਸਕਾਰਾਂ ਵੱਲੋਂ ਨੋਮੀਨੇਟ ਕੀਤੇ ਇਤਿਹਾਸਕ ਸ਼ਖਸੀਅਤਾਂ ਵਿੱਚੋਂ ਆਪਣੇ ਮਨਪਸੰਦ ਦੀ ਚੋਣ ਕਰਨ ਲਈ ਵੋਟਿੰਗ ਦੀ ਅਪੀਲ ਕੀਤੀ ਗਈ। ਉਹਨਾਂ ਨੂੰ ਉਹ ਆਗੂ ਚੁਣਨ ਲਈ ਕਿਹਾ ਗਿਆ ਜਿਨ੍ਹਾਂ ਨੇ ਮਨੁੱਖਤਾ ਲਈ ਵੱਡੇ ਉਦਮ ਕੀਤੇ। ਤਾਂ ਇਸ ਦੌਰਾਨ 38% ਵੱਧ ਵੋਟਾਂ ਨਾਲ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ ਇਤਿਹਾਸਕਾਰ ਮੈਥਿਊ ਲੋਕਵੁੱਡ ਵੱਲੋਂ ਨੋਮੀਨੇਟ ਕੀਤਾ ਗਿਆ ਸੀ, ਉਹ ਪਾਠਕਾਂ ਦੀ ਪਹਿਲੀ ਪਸੰਦ ਬਣੇ। ਜਦਕਿ ਦੂਜਾ ਸਥਾਨ ਅਫਰੀਕਾ ਦੇ ਆਜ਼ਾਦੀ ਕੁਲਾਟੀਏ ਅਮਿਲਕਰ ਕਾਬਰਾਲ ਨੂੰ ਮਿਲਿਆ, ਜਿਸ ਨੇ ਪੁਰਤਗਾਲ ਦੇ ਕਬਜ਼ੇ 'ਚੋਂ ਮੁਲਕ ਨੂੰ ਛੁਡਵਾਉਣ ਲਈ ਜੱਦੋਜਹਿਦ ਕੀਤੀ ਸੀ, ਜਿਸ ਨੇ ਅਫਰੀਕੀ ਮਹਾਂਦੀਪ ਦੇ ਹੋਰ ਮੁਲਕਾਂ ਵਿੱਚ ਵੀ ਬਸਤੀਵਾਦ ਖਿਲਾਫ਼ ਆਜ਼ਾਦੀ ਦੀ ਚਿਣਕ ਜਗਾਈ ਸੀ। ਅਮਿਲਕਰ ਕਾਬਰਾਲ 25% ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ, ਜਦਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ 7% ਵੋਟਾਂ ਦੇ ਨਾਲ ਤੀਜੀ ਪੋਜੀਸ਼ਨ 'ਤੇ ਰਹੇ, ਜਦਕਿ ਅਮਰੀਕੀ ਰਾਸ਼ਟਰਪਤੀ ਅਬਰਾਹਮ ਲਿੰਕਨ 4th ਪੋਜੀਸ਼ਨ ਉੱਪਰ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕਜੁੱਟ ਕਰਦਿਆਂ ਸਿੱਖ ਰਾਜ ਦੀ ਸਥਾਪਨਾ ਕੀਤੀ। ਪਤਨ ਵੱਲ ਜਾਂਦੇ ਮੁਗਲ ਸਾਮਰਾਜ ਦੇ ਦੌਰਾਨ ਅਫਗਾਨ ਤੋਂ ਧਾੜਵੀਆਂ ਦੇ ਹਮਲਿਆਂ ਦਰਮਿਆਨ ਉਹ ਚੱਟਾਨ ਵਾਂਗ ਖੜੇ ਰਹੇ ਅਤੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਤਿਹਾਸਕਾਰ ਮੈਥਿਊ ਲੋਕਵੁੱਡ ਮੁਤਾਬਕ ਅਫਗਾਨ ਵੱਲੋਂ ਹਮਲਿਆਂ ਦੇ ਦਰਮਿਆਨ ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਵਿੱਚ ਵੰਡੇ ਸਿੱਖ ਧਰਮ ਨੂੰ ਇਕਜੁੱਟ ਕੀਤਾ ਅਤੇ ਇੱਕ ਛਤਰ ਰਾਜ ਦੀ ਸਥਾਪਨਾ ਕੀਤੀ। ਜਿਸ ਵੇਲੇ ਬ੍ਰਿਟਿਸ਼ ਰਾਜ ਆਪਣੇ ਪੈਰ ਪਸਾਰ ਰਿਹਾ ਸੀ, ਉਸ ਵੇਲੇ ਉਹਨਾਂ ਨੇ ਭਾਰਤ ਦੇ ਇਸ ਅਹਿਮ ਖਿੱਤੇ ਵਿੱਚ ਕਾਨੂੰਨ ਦਾ ਰਾਜ ਕਾਇਮ ਕੀਤਾ। ਉਹ ਲਾਇਨ ਆਫ ਪੰਜਾਬ ਵਜੋਂ ਜਾਣੇ ਜਾਂਦੇ ਸਨ, ਜਿਸ ਦੀ ਤਾਕ ਉਸ ਵੇਲੇ ਵੀ ਪੂਰੀ ਦੁਨੀਆ ਵਿੱਚ ਸੀ। ਉਹਨਾਂ ਦੇ ਰਾਜ ਵੇਲੇ ਹਰ ਧਰਮ ਨੂੰ ਪੂਰੀ ਖੁੱਲ ਸੀ ਅਤੇ ਇੱਕ ਸਿੱਖ ਸ਼ਾਸਕ ਹੁੰਦਿਆਂ ਉਹਨਾਂ ਨੇ ਧਾਰਮਿਕ ਸਹਿਣਸ਼ੀਲਤਾ ਦੀ ਵੱਡੀ ਮਿਸਾਲ ਪੇਸ਼ ਕੀਤੀ, ਜੋ ਉਹਨਾਂ ਨੂੰ ਇੱਕ ਰਾਜਾ ਮਹਾਰਾਜਾ ਤੋਂ ਵੱਧ ਇੱਕ ਮਹਾਨਤਮ ਆਗੂ ਬਣਾਉਂਦੀ ਹੈ। ਅਸੀਂ ਬੱਚਿਆਂ ਨੂੰ ਅਪ ਟੂ 50 lakh ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।